ਸੁਖਨਾ ਆਇਆ ਭਾਈ ਗੁਰੂ ਨਾਨਕ ਦੇਵ ਸਾਹਿਬ ਦੋ ਉਂਗਲੀ ਲਾਈ ਆਉਂਦੇ ਆ ਕਹਿੰਦੇ ਕਹਿੰਦੇ ਭਾਈ ਆਹ ਨਿਆਣੇ ਨੂੰ ਫਲਾਣੇ ਦੇ ਘਰ ਛੱਡ ਕੇ ਆ। ਮੈਂ ਕਿਹਾ ਮਹਾਰਾਜ ਤੁਸੀਂ ਸਾਡੇ ਘਰ ਆ ਕੇ ਚਰਨ ਪਾਓ ਅਤੇ ਕਹਿੰਦੇ ਨਹੀਂ ਤਲਵੰਡੀ ਕਹਿੰਦੇ ਤਲਵੰਡੀ ਮੇਰੇ ਦਿਲ 'ਚ ਇੰਨਾ ਸੀ ਨਾ ਮੈਂ ਤਾਂ ਹੀ ਉਦੋਂ ਪਹਿਲੀ ਪਾਸੇ ਆਇਆ। ਸਾਡੇ ਪਿੰਡ ਨਾਲ ਹੁਣ ਮੁੜਨ ਲੱਗੇ ਹਾਂ ਸਾਹਮਣੇ ਭੋਲਾ ਚੱਕ ਲਿਖਿਆ ਹੋਇਆ ਲਾਗੇ ਲਾਗੇ ਪਿੰਡਾਂ ਦਾ ਪਤਾ ਤੁਹਾਨੂੰ? 6 ਚੱਕ 4 ਚੱਕ ਆ ਭੋਲੇ ਚੱਕ ਕਾਮਾ ਵਾਲੀ। ਅੱਛਾ ਸ਼ਾਂਤੀ ਨੂੰ ਜਾਣਦਾ ਮੈਂ ਪਹਿਲਾਂ ਆ ਗਿਆ ਭੋਲਾ ਮੂਰਾ ਫਿਰ ਮੂਰਾ ਜਾ ਗਿਆ ਹੁਕਮ ਚੰਦ ਹੁਕਮ ਚੰਦ ਆ ਗਿਆ ਦੁਕਾਨਾਂ ਥੱਲੇ ਸੀ ਦੋ ਉੱਤੇ ਚਵਾਰੇ ਸੀ ਉਹ ਬਾਬੇ ਸਾਦੇ ਦਾ ਭਰਾ ਸੀ ਉਹ ਜਿਹਦੀਆਂ ਉਹ ਦੁਕਾਨਾਂ ਸੀ ਤੁਲਸੀ ਸੀ ਉਹਦਾ ਨਾਂ ਤੁਲਸੀ ਤੁਲਸੀ ਅੱਛਾ ਅੱਛਾ ਤੁਲਸੀ ਛੋਟੇ ਬੱਚੇ ਖਲੋਤੇ ਨੇ ਜਦੋਂ ਵੱਡੇ ਹੋਣਗੇ ਤਾਂ ਵੀ ਆਪਣੇ ਬੱਚਿਆਂ ਨੂੰ ਦੱਸਣਗੇ ਕਿ ਕੈਸੇ ਬਜ਼ੁਰਗ ਆਏ ਸੀ ਜਿਨ੍ਹਾਂ ਦਾ ਜਨਮ ਇੱਥੇ ਹੋਇਆ ਸੀ। ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਹਮੇਸ਼ਾ ਦੀ ਤਰ੍ਹਾਂ ਆਪਾਂ ਕੋਸ਼ਿਸ਼ ਕਰੀਦੀ ਹੈ ਕਿ ਜਿਹੜੇ ਪੰਜਾਬ ਦੇ ਸਾਂਝ ਦੀ ਗੱਲ ਉਹ ਆਪਾਂ ਕਰਦੇ ਰਹਿੰਦੇ ਹਾਂ ਔਰ ਇਸ ਸਾਂਝ ਨੂੰ ਲੈ ਕੇ ਬਹੁਤ ਸਾਰੇ ਸਾਡੇ ਸਿੱਖ ਭਰਾ ਜਦੋਂ ਸਾਡੇ ਸਿੱਖ ਵੱਡੇ ਬਜ਼ੁਰਗ ਜਦੋਂ ਪਾਕਿਸਤਾਨ ਆਉਂਦੇ ਨੇ ਅਤੇ ਉਹ ਸਾਡੇ ਨਾਲ ਇਸ ਕਰਕੇ ਵੀ ਰਾਬਤਾ ਕਰਦੇ ਨੇ ਕਿ ਉਹਨਾਂ ਦੀ ਵੱਡ ਵਡੇਰਿਆਂ ਦੀ ਜਿਹੜੀ ਜਗ੍ਹਾ ਹੈ ਉਹ ਵੀ ਇੱਥੇ ਮੌਜੂਦ ਹੈ। ਇਸੇ ਤਰ੍ਹਾਂ ਦੀ ਇੱਕ ਕਹਾਣੀ ਹੈ ਮੇਰੇ ਸਾਹਮਣੇ ਜੋ ਬਜ਼ੁਰਗ ਔਰ ਜੋ ਵੀਰ ਤੁਹਾਨੂੰ ਨਜ਼ਰ ਆ ਰਹੇ ਨੇ ਮੈਂ ਇਹਨਾਂ ਬਾਰੇ ਦੱਸਦਾ ਜਾਵਾਂ ਕਿ ਇੱਕ ਚੈਨਲ ਹੈ ਧਰਤੀ ਦੇਸ਼ ਪੰਜਾਬ ਦੀ ਜਿਹਨੂੰ ਹਰਜੀਤ ਸਿੰਘ ਸਾਹਿਬ ਚਲਾਉਂਦੇ ਨੇ ਔਰ ਜੋ ਵੀ ਲੋਕ ਇਹ ਚੈਨਲ ਚਲਾ ਰਹੇ ਨੇ ਛੋਟੇ ਮੋਟੇ ਐਫਰਟਸ ਕਰ ਰਹੇ ਨੇ ਉਹਨਾਂ ਦਾ ਕੋਈ ਨਾ ਕੋਈ ਰਿਸ਼ਤਾ ਵੰਡ ਦੇ ਨਾਲ ਜਾਂ ਪੰਜਾਬ ਦੇ ਨਾਲ ਜਾਂ ਉਜਾੜੇ ਦੇ ਨਾਲ ਜ਼ਰੂਰ ਹੁੰਦਾ ਹੈ ਔਰ ਹਰਜੀਤ ਭਾਅ ਜੀ ਜੋ ਧਰਤੀ ਦੇਸ਼ ਪੰਜਾਬ ਦੀ ਇੱਕ ਚੈਨਲ ਚਲਾਉਂਦੇ ਨੇ ਉਹਨਾਂ ਦੇ ਪਿਤਾ ਜੀ ਮੇਰੇ ਨਾਲ ਇਸ ਵੇਲੇ ਮੌਜੂਦ ਨੇ। ਸੋ ਮੇਰੇ ਵਾਸਤੇ ਮਾਣ ਦੀ ਗੱਲ ਹੈ ਕਿ ਇਹ ਮੇਰੇ ਘਰ ਆਏ ਨੇ ਔਰ ਮੇਰੇ ਨਾਲ ਇਸ ਵੇਲੇ ਬੈਠੇ ਨੇ। ਸੋ ਇਹ ਸਾਰੇ ਲੋਕ ਜਦੋਂ ਮਾਣ ਬਖਸ਼ਦੇ ਨੇ ਖੁਸ਼ੀ ਹੁੰਦੀ ਹੈ। ਸੋ ਇਹਨਾਂ ਕੋਲ ਪੁੱਛਾਂਗੇ ਅਸੀਂ ਕਿ ਇਹਨਾਂ ਦਾ ਪਾਕਿਸਤਾਨ ਦੇ ਨਾਲ ਕਿਹੜਾ ਰਿਸ਼ਤਾ ਸੀ ਔਰ ਫਿਰ ਇਹਨਾਂ ਨੂੰ ਇਹਨਾਂ ਦੇ ਪਿੰਡ ਵੀ ਲੈ ਕੇ ਜਾਵਾਂਗੇ। ਸੋ ਆਓ ਇਹਨਾਂ ਨਾਲ ਗੱਲ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਸਭ ਤੋਂ ਪਹਿਲੇ ਅੰਕਲ ਜੀ ਦੱਸਿਓ ਤੁਹਾਡਾ ਨਾਂ ਕੀ ਹੈ? ਜਗਿੰਦਰ ਸਿੰਘ। ਜਗਿੰਦਰ ਸਿੰਘ ਤੁਹਾਡੇ ਪਿਤਾ ਜੀ ਦਾ? ਮਾਧੋ ਰਾਮ। ਮਾਧੋ ਰਾਮ ਹਾਂਜੀ। ਤੇ ਦਾਦਾ ਜੀ ਦਾ ਕੀ ਨਾਂ ਸੀ ਤੁਹਾਡਾ? ਹਾਂਜੀ ਠਾਕਰਦਾਸ। ਠਾਕਰਦਾਸ ਹਾਂਜੀ। ਤੇ ਤੁਹਾਡੀ ਇਸ ਵੇਲੇ ਉਮਰ ਕਿੰਨੀ ਹੈਗੀ ਹੈ? 2 ਸਾਲ ਦੀ ਉਮਰ ਸੀ ਜੀ ਜਦੋਂ ਉਜਾੜਾ ਹੋਇਆ। ਹਾਂਜੀ 2 ਸਾਲ ਦੇ ਸੀ। 2 ਸਾਲ ਦੀ। ਅੱਛਾ ਅੱਛਾ। ਤੇ ਤੁਸੀਂ ਪਿੰਡ ਕਿਹੜਾ ਸੀ ਤੁਹਾਡਾ? ਭੋਲੇ ਚੱਕ। ਭੋਲੇ ਚੱਕ ਹਾਂਜੀ। ਨਨਕਾਣਾ ਸਾਹਿਬ ਦੇ ਲਾਗੇ ਹੈ। ਹਾਂਜੀ ਨਨਕਾਣਾ। 4 ਕਿਲੋਮੀਟਰ। ਹਾਂਜੀ ਹਾਂਜੀ। ਬੱਗਾ ਚੱਕ, ਭੋਲੇ ਚੱਕ, ਭੋਲੇ ਚੱਕ, 6 ਚੱਕ, 4 ਚੱਕ, 7 ਚੱਕ, ਸੈਣੀਵਾਰ ਵਾਲਾ, ਕਾਮਾਲੀ ਗਾਹ, ਸਾਡੇ ਪਿੰਡ ਦੇ ਕਾਮਾਲੀ ਵੀ ਬੈਠੇ ਹੋ ਜੀ। ਹਾਂਜੀ ਹਾਂਜੀ ਹਾਂਜੀ। ਤੇ ਤੁਹਾਡੇ ਨਾਲ ਤੁਹਾਡੇ ਬੇਟੇ ਜੀ ਨੇ ਨਾਲ? ਹਾਂਜੀ ਹਾਂਜੀ। ਕੀ ਨਾਂ ਜੀ ਤੁਹਾਡਾ? ਹਰਦੀਪ ਸਿੰਘ। ਹਰਦੀਪ ਸਿੰਘ। ਅੱਛਾ ਬਜ਼ੁਰਗੋ, ਕੋਈ ਯਾਦਾਂ, ਚੂੰਕਿ ਉਸ ਵੇਲੇ ਤੁਸੀਂ ਛੋਟੇ ਸੀਗੇ ਤੁਹਾਨੂੰ ਤਾਂ ਜ਼ਾਹਰਾ ਨਹੀਂ ਯਾਦ ਹੋਣੀ, ਕੋਈ ਪਿਤਾ ਜੀ ਕੋਲੋਂ ਦਾਦਾ ਜੀ ਕੋਲੋਂ ਗੱਲਬਾਤ ਸੁਣੀ ਹੈ ਤੇ ਦੱਸੋ। ਹਾਂਜੀ ਉਹ ਸਾਰਾ ਕੁਛ ਜੀ ਇੱਥੇ ਦੱਸਦੇ ਹੁੰਦੇ ਸੀਗੇ। ਕੀ ਦੱਸਦੇ ਸੀਗੇ? ਕਹਿੰਦੇ ਸੀਗੇ ਭਈ ਅਸੀਂ ਜਾਣ ਕੇ ਫਲਾਣੇ ਥਾਂ ਸਾਡੀ ਜ਼ਮੀਨ ਆ, ਫਲਾਣੇ ਥਾਂ ਸਾਡੀ ਨਹਿਰ ਵਗਦੀ ਸੀ, ਫਲਾਣੇ ਥਾਂ ਸਾਡਾ ਜਾਣੀ ਕਿ ਬੰਦੇ ਆ ਜਿਹੜੇ ਸਾਡੇ ਇੱਧਰ ਦੇ ਸੀ ਉਹਨਾਂ ਦਾ ਬਾਗ ਸੀਗਾ, ਜੈਲਦਾਰ ਸਾਡਾ ਸੀਗਾ। ਕੋਈ ਨੰਬਰਦਾਰਾਂ ਦੇ ਨਾਮ, ਕੋਈ ਹੋਰ ਚੀਜ਼, ਸੀਨਾ ਬਸੀਨਾ ਜਿਵੇਂ ਗੱਲ ਸੁਣੀ ਹੁੰਦੀ ਹੈ ਪਿਓ ਦਾਦੇ ਕੋਲ, ਕੋਈ ਮੁਸਲਮਾਨਾਂ ਦੇ ਨਾਮ ਯਾਦ ਨੇ?
ਜਾਣ ਕੇ ਸਾਨੂੰ ਇੰਨਾ ਕੁ ਪਤਾ ਜੀ, ਇੰਨਾ ਕੁ ਵੀ ਬੀਬੀ ਲੁਹਾਰੀ ਉੱਥੇ ਹੁੰਦੀ ਸੀਗੀ। ਬੀਬੀ ਲੁਹਾਰੀ? ਹਾਂਜੀ। ਅੱਛਾ। ਤੌੜੀਆਂ ਜਾਣ ਕੇ ਭਾਂਡਿਆਂ ਦੇ ਵਿੱਚੋਂ ਸਬਜ਼ੀ ਆਪਣੇ ਆਪ ਹੀ ਪਾ ਕੇ ਲੈ ਜਾਂਦੀ ਸੀ। ਅੱਛਾ, ਬੀਬੀ ਲੁਹਾਰੀ ਦੀ ਜਿਨ੍ਹਾਂ ਦੀ ਗੱਲ ਕਰ ਰਹੇ। ਹਾਂਜੀ, ਮੁਸਲਮਾਨਣੀ ਸੀ ਤੇ ਸਾਡੇ ਆਪਣੇ ਜਾਣ ਕੇ ਸਾਡੀ ਬੀਬੀ ਨੇ ਸਬਜ਼ੀ ਬਣਾਈ ਹੋਣੀ ਤੇ ਉਹਨਾਂ ਆਪਣੇ ਆਪ ਹੀ ਪਾ ਕੇ ਲੈ ਜਾਣੀ ਤਾਂ ਉਹਨੇ ਕਹਿਣਾ ਸਾਡੀ ਤੌੜੀ ਬੀਬੀ ਲੁਹਾਰੀ ਤੋਂ ਇਲਾਵਾ। ਅਹਿਮਦ ਲੁਹਾਰ ਸੀ ਉਹ, ਤਾਂ ਉਹਦੇ ਘਰੋਂ ਸੀ ਬੀਬੀ ਲੁਹਾਰੀ। ਅਹਿਮਦ ਲੁਹਾਰ? ਹਾਂਜੀ ਹਾਂਜੀ। ਅੱਛਾ ਅੱਛਾ, ਤੁਹਾਨੂੰ ਪਤਾ ਵਾ ਕਿੰਨੇ ਘਰ ਸਿੱਖਾਂ ਦੇ ਸੀ, ਕਿੰਨੇ ਘਰ ਮੁਸਲਮਾਨਾਂ ਦੇ ਸੀ ਉੱਥੇ? ਸਾਡੇ ਜੀ ਜਿਹੜੇ ਆਏ ਸੀਗੇ ਨਾ ਆਪਣੇ, ਕੁਛ ਤਾਂ ਘਰ ਸਾਡੇ ਮਿਰਜ਼ਾਪੁਰੀਆਂ ਦੇ ਸੀ। ਅੱਛਾ। ਤੇ ਕੋਈ ਜਾਣ ਕੇ ਹਰਿਆਣੀਆਂ ਸੀ। ਅੱਛਾ। ਉੱਧਰ ਹਰਿਆਣਾ, ਭੂੰਗਾ ਹਰਿਆਣਾ ਉੱਥੇ ਦੇ ਸੀਗੇ। ਅੱਛਾ। ਉਹ ਜਾਣ ਕੇ ਉੱਥੇ ਸਾਰੇ ਇੱਦਾਂ ਪੈਦਾ ਮਿਲ ਕੇ ਰਹਿੰਦੇ ਹੁੰਦੇ ਸੀਗੇ, ਵਿੱਚ ਮੁਸਲਮਾਨ ਵੀ ਇਹ ਸੀਗੇ। ਜਦੋਂ 47 ਹੋਈ ਹੈ, ਹਾਂਜੀ, 47 ਵਿੱਚ ਤੁਹਾਡੇ ਪਿਤਾ ਜੀ ਨੇ ਦੱਸਿਆ ਖੈਰ ਖਰੀਦੀ ਗਏ, ਕਿੱਦਾਂ ਗਏ, ਕੋਈ ਹਾਲਾਤ ਕੀ? ਹਾਂਜੀ ਹਾਂਜੀ, ਅਤੇ ਉਹ ਕਹਿੰਦੇ ਵੀ ਅਸੀਂ ਇੱਦਾਂ ਹੋਈ ਆ ਵੀ ਇੱਥੋਂ ਨਨਕਾਣਾ ਸਾਹਿਬ ਕੋਈ ਕੈਂਪ ਲੱਗਾ ਸੀ। ਹਾਂਜੀ। ਇੱਥੇ ਲੱਗਾ ਕੈਂਪ ਤਾਂ ਇੱਥੇ ਰਹਿ ਜਿੰਨੇ ਦਿਨ ਅਤੇ ਫਿਰ ਅਸੀਂ ਜਾਣ ਕੇ ਚੱਲ ਗਏ। ਅਸੀਂ ਦੇਖ ਲਓ ਰਾਹ 'ਚ ਕਹਿੰਦੇ ਸਾਨੂੰ ਉੱਦਾਂ ਕੋਈ ਜ਼ਿਆਦਾ ਤਕਲੀਫ ਨਹੀਂ ਹੋਈ। ਹੁਣ ਤੁਸੀਂ ਬੇਗਮਪੁਰ ਜੰਡਿਆਲਾ ਰਹਿੰਦੇ ਹੋ? ਹਾਂਜੀ ਹਾਂਜੀ, ਉਹ ਸਾਡਾ ਪਿੰਡ ਹੁਸ਼ਿਆਰਪੁਰ ਜ਼ਿਲ੍ਹਾ ਆ। ਅੱਛਾ। ਅਤੇ ਉੱਥੇ ਅਸੀਂ ਫਿਰ 3 ਸਾਲ ਕੱਚੀ ਰਾਤ 'ਚ ਉੱਥੇ ਰਹਿ ਕੇ ਫਿਰ ਅਸੀਂ ਆਏ। ਅਤੇ ਹੁਸ਼ਿਆਰਪੁਰ ਇੱਦਾਂ ਸੀ ਜਿੱਦਾਂ ਪਿੰਡ ਹੁੰਦਾ, ਵਿੱਚ ਕੋਈ ਦੁਕਾਨ ਐਵੇਂ ਟਾਵੀ ਟਾਵੀ ਹੁੰਦੀ ਸੀਗੀ ਅਤੇ ਹੁਣ ਜਾ ਕੇ ਦੇਖ ਲਓ ਵੀ ਉੱਥੋਂ ਦੀ ਕਿਤੇ ਲੰਘ ਨਹੀਂ ਹੁੰਦਾ। ਬਹੁਤ ਹੁਸ਼ਿਆਰਪੁਰ ਬਹੁਤ ਵੱਧ ਗਿਆ ਆ। ਅੱਛਾ ਬਜ਼ੁਰਗ, ਇੱਕ ਗੱਲ ਦੱਸੋ, ਤੁਹਾਡੇ ਵੱਡ ਵਡੇਰੇ ਆਪਣੇ ਜਨਮ ਪੌ ਥਾਂ ਨੂੰ ਯਾਦ ਕਰਦੇ ਸੀਗੇ? ਬਹੁਤ, ਉਹ ਤਾਂ ਸਾਰਾ ਕੁਛ ਗੱਲਾਂ ਕਰਦੇ ਰਹਿੰਦੇ ਹੁੰਦੇ ਸੀਗੇ। ਅੱਛਾ। ਆਹੋ, ਤੁੰਜਲਾ ਬਹਿ ਜਾਣਾ ਤੇ ਕਹਿਣਾ ਅਸੀਂ ਉਹ ਫਲਾਨੇ ਥਾਂ, ਉਹ ਬਾਬੇ ਦਾ ਮੁਰੱਬਾ ਸੀ, ਉਹ ਫਲਾਨੇ ਦਾ ਮੁਰੱਬਾ ਸੀ, ਉਹ ਅਸੀਂ ਇੱਦਾਂ ਬਹੁੰਦੇ ਸੀ, ਅਸੀਂ ਐਂ ਕਰਦੇ ਸੀ ਤੇ ਬਸ। ਨਹੀਂ, ਉਹਨੂੰ ਯਾਦ ਤਾਂ ਸਾਰਾ ਕੁਛ ਹੀ ਸੀਗਾ। ਨਹੀਂ ਆ ਹੋਇਆ ਉਹਨਾਂ ਕੋਲੋਂ? ਹਾਂਜੀ, ਉਹਨਾਂ ਕੋਲੋਂ ਨਹੀਂ ਆ ਹੋਇਆ? ਨਾ ਜੀ, ਉਹ ਨਹੀਂ ਆਏ। ਅੱਛਾ, ਇਹਨਾਂ ਦਾ ਤਾਂ ਚਲੋ ਜਨਮ ਸਥਾਨ ਆ ਜੀ, ਤੁਸੀਂ ਇਹਨਾਂ ਦੇ ਪੁੱਤਰ ਹੋ ਅਤੇ ਨਾਂ ਕੀ ਦੱਸਿਆ ਸੀ ਤੁਸੀਂ? ਹਰਦੀਪ ਸਿੰਘ। ਹਰਦੀਪ ਸਿੰਘ ਜੀ, ਇਹਨਾਂ ਦੇ ਚਲੋ ਜਨਮ ਸਥਾਨ ਹੈ, ਇਹਨਾਂ ਨੂੰ ਤਾਂ ਖਿੱਚ ਹੈਗੀ ਹੈ। ਅਤੇ ਤੁਸੀਂ ਦੱਸੋ, ਤੁਹਾਡੇ ਕੀ ਵਿਚਾਰ ਨੇ ਆਪਣੇ ਵੱਡ ਵਡੇਰਿਆਂ ਦੇ ਪਿੰਡ ਜਾਣ ਦੇ? ਮੇਰੇ ਮਨ ਵਿੱਚ ਵੀ ਸੀਗਾ ਵੀ ਇੱਕ ਵਾਰੀ ਜ਼ਰੂਰ ਮੈਂ ਵੀ ਦੇਖ ਕੇ ਜਾਣਾ। ਅੱਛਾ। ਆਪਣੇ ਭਰਾ ਕਰਕੇ ਮੈਂ ਆਇਆ ਬਸ ਇੱਥੇ। ਅੱਛਾ। ਉਹਨੇ ਵੀ ਪੂਰਾ ਜ਼ੋਰ ਲਾਇਆ ਮੈਨੂੰ ਭੇਜਣਾ ਵੀ ਭਾਜੀ ਤੂੰ ਜਾ ਕੇ ਆਇਆ ਉੱਥੇ, ਉਹਦੇ ਕਰਕੇ ਆਇਆ। ਚਲੋ ਮੈਨੂੰ ਵੀ ਹੈਗਾ ਵੀ ਚਲੋ ਮੈਂ ਵੀ ਦੇਖਾਂ। ਬਾਕੀ ਮੇਰੇ ਦਾਦੀ ਬਾਬਾ ਜਿਹੜੇ ਸੀਗੇ ਨਾ, ਗੱਲਬਾਤ ਕਰਦੇ ਹੁੰਦੇ, ਪਰ ਉਦੋਂ ਅਸੀਂ ਛੋਟੇ ਸੀਗੇ, ਅਸੀਂ ਛੋਟੇ ਸੀ, ਗੱਲਾਂ ਬਹੁਤ ਕਰਦੇ ਸੀਗੇ। ਉਦੋਂ ਸਿਆਣਿਆਂ ਨੂੰ ਇਹ ਸੀਗਾ, ਸਿਆਣਿਆਂ ਨੂੰ ਗੱਲਾਂ ਕਰਨ ਨੂੰ ਬੰਦਾ ਚਾਹੀਦਾ ਸੀਗਾ। ਉਦੋਂ ਅਸੀਂ ਸੀਗੇ ਛੋਟੇ, ਨਾ ਸਮਝ ਸੀਗੇ ਸਾਨੂੰ ਉਹਨਾਂ ਦੇ ਗੱਲਾਂ ਦਾ ਨਹੀਂ ਪਤਾ ਸੀ, ਪਰ ਗੱਲਾਂ ਉਹ ਆਪਣੇ ਇੱਧਰ ਦੀਆਂ ਕਰਦੇ ਸੀਗੇ ਜੀ, ਉਹ ਵੀ ਅਸੀਂ ਇੱਦਾਂ ਰਹਿੰਦੇ ਸੀਗੇ ਉੱਥੇ, ਇੱਦਾਂ ਅਸੀਂ ਕੰਮ ਕਾਰ ਕਰਦੇ ਸੀ। ਚਲੋ ਜੀ, ਇੱਦਾਂ ਕਰਦੇ ਹਾਂ, ਸਫ਼ਰ ਸ਼ੁਰੂ ਕਰਦੇ ਹਾਂ। ਉੱਥੋਂ 4 ਕਿਲੋਮੀਟਰ ਦਾ ਸਫ਼ਰ ਹੈ, ਰਾਹ 'ਚ ਵੀ ਗੱਲਾਂ ਬਾਤਾਂ ਕਰਦੇ ਹਾਂ, ਕੁਛ ਉੱਥੇ ਪਿੰਡ ਜਾ ਕੇ ਪੁਰਾਣੇ ਬਾਬੇ ਲੱਭਦੇ ਹਾਂ ਅਤੇ ਤੁਹਾਨੂੰ ਫਿਰ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ, ਨਾਲ ਪਿੰਡ ਵੀ ਵੇਖਦੇ ਹਾਂ। ਚੱਲਦੇ ਹਾਂ, ਚੱਲੀਏ ਜੀ। ਚਲੋ ਜੀ। ਅੱਗੇ ਬਸ ਥੋੜੀ ਹੀ ਦੇਰ ਦੇ ਵਿੱਚ, ਕਿਉਂਕਿ ਇਹਨਾਂ ਦਾ ਪਿੰਡ ਜ਼ਿਆਦਾ ਦੂਰ ਨਹੀਂ ਹੈ ਨਨਕਾਣਾ ਸਾਹਿਬ ਤੋਂ, ਅਤੇ ਅਸੀਂ ਇਹਨਾਂ ਦੇ ਪਿੰਡ ਪਹੁੰਚ ਜਾਵਾਂਗੇ। ਕੋਈ ਇੱਦਾਂ ਦਾ ਹੈ ਨਹੀਂ ਵੀ ਬਖਰੇਵਾ ਹੈਗਾ, ਸਿਰਫ ਚਿਹਰਿਆਂ ਤੋਂ ਜਾਂ ਪਹਿਰਾਵਿਆਂ ਤੋਂ ਥੋੜ੍ਹਾ ਜਿਹਾ ਲੱਗਦਾ, ਬਾਕੀ ਤਾਂ ਪੰਜਾਬ ਸਾਰਾ ਸੇਮ ਹੀ ਆ ਜੀ। ਸੇਮ ਹੀ ਲੱਗ ਰਿਹਾ? ਸੇਮ ਹੀ ਆ ਜੀ, ਕੋਈ ਜਿੱਦਾਂ ਦੀਆਂ ਸੜਕਾਂ ਸਾਡੇ ਉੱਥੇ ਆ, ਇੱਦਾਂ ਦੀਆਂ ਕੋਈ ਇੱਦਾਂ ਦਾ ਹੈ ਹੀ ਨਹੀਂ ਕੋਈ ਵੀ। ਅਸੀਂ ਇੱਥੇ ਆਏ ਹਾਂ, ਸਾਨੂੰ ਲੱਗੇ ਨਹੀਂ ਰਿਹਾ, ਅਸੀਂ ਕਈ ਪਾਕਿਸਤਾਨ ਵਿੱਚ ਆਏ ਹਾਂ, ਅਸੀਂ ਨਨਕਾਣਾ ਸਾਹਿਬ ਆਏ ਹਾਂ, ਸਾਨੂੰ ਇਹ ਰਿਹਾ ਜਿੱਦਾਂ ਆਪਣੇ ਅਸੀਂ ਦੇਸ਼ ਵਿੱਚ ਘੁੰਮ ਰਹੇ ਹਾਂ ਅਸੀਂ। ਸਾਰਾ ਕੁਛ ਸੇਮ, ਸਿਰਫ ਪਹਿਰਾਵੇ ਆ ਇਹਨਾਂ ਦੇ, ਪਹਿਰਾਵੇ ਚੇਂਜ ਆ ਬਸ, ਬਾਕੀ ਸਾਰਾ ਸੇਮ ਆ ਜੀ। ਬਾਕੀ ਹੋਰ ਕਿੱਦਾਂ ਦੀ ਕੋਈ ਗੱਲ ਨਹੀਂ ਜੀ। ਲਓ ਜੀ, ਹੁਣ ਆਪਾਂ ਤੁਹਾਡੇ ਪਿੰਡ ਵਾਲੇ ਪਾਸੇ ਮੁੜਨ ਲੱਗੇ ਹਾਂ। ਅੱਛਾ ਜੀ। ਠੀਕ ਹੈ ਜੀ, ਅਤੇ ਇੱਥੋਂ ਵੈਸੇ ਤਾਂ ਹੈ ਥੋੜ੍ਹਾ ਬਹੁਤ ਰਸਤਾ, ਹਜੇ 4 ਕਿਲੋਮੀਟਰ ਦਾ ਹੈਗਾ,
और लागे लागे तुपसड़ी दरबार कोट खेपा वाली बगे चक कोट नारायण सिंह होर बहुत सारे पिंड जड़े ने राज आणगे और उन्हां पिंडां दे विच होंदिया होया असीं तुहाडे पिंड जिहड़ा है वह पहुँच जाएंगे। पिंड का ना है जी महंत कोट, इस तो बाद इटा वाली बगे का चक और उस तो बाद फिर इन्हों का पिंड जो है वह पहुंच जाएगा। गए आ उन्होंने भी अपने पिंड का जिदा पता लग जूगा वह भी अपने पिंड के नाल जुड़ जाने। भोले चक नूं राह कड़ा जांदा भोले चक नूं ये नहीं जांदा गलत आ गए वो बार पक्की तो उसी बार बार ਇਹਦਾ ਪਾਣੀ ਮਿਲਦਾ ਸੀ। ਹਾਂਜੀ ਹਾਂਜੀ ਇਹਦਾ ਪਾਣੀ ਸਿਆਲ ਆ ਜੀ। ਲਓ ਜੀ ਨਹਿਰ ਵੀ ਵੇਖ ਲਈ ਹੁਣ ਆਪਾਂ ਚੱਲਦੇ ਹਾਂ ਅੱਗੇ। ਆ ਜੀ ਸਾਡੇ ਪਿੰਡ ਵੱਲ ਹੁਣ ਮੁੜਨ ਲੱਗੇ ਹਾਂ। ਸਾਹਮਣੇ ਭੋਲਾ ਚੱਕ ਲਿਖਿਆ ਹੋਇਆ ਠੀਕ ਹੈ ਅਤੇ ਮੁੜ ਜਾਈਏ ਹੁਣ ਭੋਲੇ ਚੱਕ ਨੂੰ ਇਜਾਜ਼ਤ ਹੋਵੇ ਤਾਂ। ਲਓ ਜੀ पिछले पास मकान अपने शांति नहीं जानते गांधे जलदार पहला आ गया भोला नाका लगा सी पुलिस अच्छा सीधे नंगे लगा डुब गया अच्छा अच्छा मिर्जापुरी भी सी आप जो पोटर नौर सिंह तो आए उठ के जटा का पिंड सिख हिंदू सारे आहो सारे उठ के आए नौर सिंह जटा के पिंड तो जो आए उठ के तो कदे इतने जमीन सन भी मिली अच्छा बजुर्गो तू तुरंत तकलीफ भी है तो थोड़ा बहुत इन्होंने घर कि पास सन सिखा दे उस पास सू थोड़ा गेड़ा लवा दो इन्हों का एक तो सिखा सिखा का घर सा इतने ना ही घर से अच्छा जी तो एक घर से ना ही से जिसे मामे हूँ कोई पुराना घर है पिंड च दुकाना पे दुकाना तो उबारे दो छत्ते देखा
ਦੋ ਦੁਕਾਨਾਂ ਉੱਤੇ ਸੀ ਤੇ ਥੱਲੇ ਜਾਣੀ ਕਿ ਦੁਕਾਨਾਂ ਥੱਲੇ ਸੀ ਦੋ ਉੱਤੇ ਚਵਾਰੇ ਸੀ ਉਹ ਉਹ ਸਾਡਾ ਜਾਣੀ ਕਿ ਬਾਬੇ ਸਾਦੇ ਦਾ ਭਰਾ ਸੀ ਉਹ ਜਿਹਦੀਆਂ ਉਹ ਦੁਕਾਨਾਂ ਸੀ ਤੁਲਸੀ ਸੀ ਉਹਦਾ ਨਾਮ ਤੁਲਸੀ ਤੁਲਸੀ ਅੱਛਾ ਅੱਛਾ ਤੁਲਸੀ ਹਾਂ ਲੁਹਾਰ ਉਹ ਉਹ ਲੁਹਾਰ ਮਰ ਮੁਰ ਮਰ ਗਿਆ ਉਹ ਤੁਹਾਨੂੰ ਤਾਂ ਪਤਾ ਤਾਂ ਹੈ ਨਾ ਪਤਾ ਉਹ ਛੋਟੇ ਛੋਟੇ ਉਹ ਪਹਿਲਾਂ ਦੇ ਮਰ ਗਏ ਇੱਕ ਸੀਗਾ ਕਰਮਾ ਤੇਲੀ ਇੱਥੇ ਰਹਿੰਦਾ ਉਹ ਚਾਰ ਚੱਕ ਚਲ ਗਿਆ ਸੀ ਉਹ ਵੀ ਮਰ ਗਿਆ ਅੱਛਾ ਸਾਰੇ ਮਰ ਗਏ ਆ ਅੱਛਾ ਹੁਣ ਤਾਂ ਇੱਕ ਗੱਲ ਮੈਂ ਰਹਿੰਦਾ ਇੱਥੇ ਚਲੋ ਕੋਈ ਨੀ ਉਮਰ ਕਰੇ ਰੱਬੇ ਦੋ ਸਾਲ ਜਿਹੜੇ ਚਾਦਰ ਲੰਘ ਜਾਣ ਆਹ ਭੂਈ ਭਾਈ ਮੇਰਾ ਇੱਥੋਂ ਆਬੇ ਤੋਂ ਵੱਡਾ ਸੀ ਅੱਛਾ ਆਹ ਉਹਦੀ ਔਲਾਦ ਹੈ ਅੱਛਾ ਸੂਫੀ ਅਬਦਰ ਨਹੀਂ ਬਾਗ ਜਿਹੜਾ ਲੱਗਾ ਸੀ ਪੰਜਾਂ ਛੇ ਖੇਤਾਂ 'ਚ ਉਹ ਤੁਸੀਂ ਦੇਖਿਆ ਬਾਗ ਚਾਦੇ ਹੁੰਦੇ ਤਾਂ ਜੇ ਆ ਉਹ ਨਹੀਂ ਬਾਗ ਤੇ 2 ਕਿੱਲੇ ਸੀ ਮੁਰੱਬਾ ਵੀ ਸਾਡੇ ਕੋਲ ਜਿਹੜੇ ਜੈਲਦਾਰਾਂ ਦੇ ਬੈਠੇ ਹੋ ਨਾ ਉਹ ਕਹਿੰਦੇ ਮੁਰੱਬਾ ਸਾਡੇ ਕੋਲ ਆ ਉਹ ਸੰਤਰਿਆਂ ਦਾ ਸੀ ਉਹ ਗੁਰਦਿੱਤੇ ਦਾ ਮੇਰੇ ਖਿਆਲ ਜ਼ਮੀਨ ਸਾਡੀ ਵੀ ਉੱਧਰ ਹੀ ਹੋਣੀ ਫਿਰ ਉਹਦੇ ਵਾਲੇ ਹੀ ਸੀਗੀ ਇੱਥੇ ਜਿਹੜਾ ਖੂਹ ਸੀ ਲੱਗਾ ਆਪਣੇ ਉਹ ਖਤਮ ਹੋ ਗਿਆ ਨਹੀਂ ਖੂਹ ਦਿੱਤਾ ਉੱਦਾਂ ਸੀਗਾ ਇੱਥੇ ਨਾ ਚੌਂਕ 'ਚ ਉਹ ਅੱਗੇ ਸੀਗਾ ਖੂਹ ਹੋ ਕੇ ਉਹ ਜੈਲਦਾਰ ਦੇ ਉਲੇ ਬੰਦੇ ਨੂੰ ਇੱਕ ਚੌਂਕ ਇੱਥੇ ਹੁੰਦਾ ਸੀ ਇੱਕ ਪਰੇ ਹੁੰਦਾ ਜਿਹੜਾ ਬਾਹਰ ਸੀ ਨਾ ਖੂਹ ਉਸੇ ਸੀ ਜਿੱਥੇ ਉਹ ਚੌਂਕ ਚ ਖੂਹ ਦੱਸਿਆ ਸੀ ਦੋ ਖੂਹ ਸੀਗੇ ਦੋ ਖੂਹ ਅੱਛਾ ਖੂਹੀਆਂ ਬਾਹਰ ਮਰਬੇ ਪੂਰੀਆਂ ਗਈਆਂ ਸਭ ਨਲਕੇ ਲੱਗ ਗਏ ਅੱਛਾ ਚਲੋ ਦੋ ਪੱਤੀਆਂ ਸੀ ਇੱਕ ਮਿਰਜ਼ਾਪੁਰੀਆਂ ਦੀ ਇੱਕ ਸੀਗੀ ਜਾਣ ਕੇ ਰਾਪੁਰੀਆਂ ਨਹੀਂ ਜਿਹੜੇ ਕੀ ਉਹਨੂੰ ਹਰਿਆਣੀਆਂ ਤਾਂ ਮਿਰਜ਼ਾਪੁਰੀ ਮਿਰਜ਼ਾਪੁਰੀ ਦੋ ਪੱਤੀਆਂ ਸੀ ਚਾਰਪੁਰੀ ਸਾਰੇ ਅਤੇ ਹੁਸ਼ਿਆਰਪੁਰ ਗਿਆ ਸੀ ਅਤੇ ਉਹ ਦੇਖ ਲਓ ਬਈ ਇੱਥੇ ਜਿਲ੍ਹਾ ਨਾ ਇੱਥੇ ਤਿੱਬਾ ਤਿਆਦੇ ਕਿਤੇ ਹੋਣਾ ਉਦੋਂ ਵੀ ਸ਼ਹਿਰ ਤਿਆਦੇ ਹੁੰਦਿਆਂ ਤੇ ਹੋਣਾ ਉਹ ਕਿਉਂ ਉਹ ਤਾਂ ਉੱਥੇ ਭੁੱਲਦੇ ਰਹੇ ਸੀ ਉਹ ਟਿੱਬਾ ਉਹ ਪਰ ਸਾਡੇ ਬਾਪ ਨੇ ਉਹਨੂੰ ਘੋਲਣਾ ਹਰਿਆਣੀਆਂ ਦਾ ਉਹ ਸੀਗਾ ਉਹ ਸਾਡਾ ਬਾਪ ਵੀ ਤਕੜਾ ਸੀ ਅਤੇ ਉਹ ਜਿਹੜਾ ਸੀ ਉਹ ਨਹੀਂ ਘੇ ਦਾ ਪੀਪਾ ਪੀਪਾ ਉਹਨੂੰ ਚਾਰ ਦੇਣਾ ਨਾਨਾ ਮੇਰਾ ਵੀ ਇੱਕੋ ਥਾਂ ਦੇ ਨਾ ਰਹਿਣ ਵਾਲੇ ਹਾਂਜੀ ਹੁਸ਼ਿਆਰਪੁਰ ਦੇ ਉਹ ਵੀ ਨਾਨਾ ਮੇਰਾ ਵੀ ਇਹ ਤਿੰਨ ਭਰਾ ਸੀ ਬਾਬੇ ਸ਼ਾਦੀ ਹੋਣੀ ਬਰਕਤ ਅਲੀ ਰਾਂਝਾ ਤੇ ਸ਼ਾਦੀ ਖਾਨ ਅੱਛਾ ਵੀ ਤਿੰਨ ਸੀਗੇ ਉਹ ਜਿਹੜੇ ਨਨਕਾਣੇ ਬੈਠੇ ਆਣ ਕੇ ਉਹ ਸਾਡੇ ਹੁਣ ਜਿਹੜੇ ਹੈਗੇ ਆ ਨਾ ਉਹਦਾ ਨੋਟ ਸਿੰਘ ਆਣ ਕੇ ਸਿਰਫ ਹੋਟਲੋਂ ਬੈਠੇ ਆ ਗਏ ਸਿਰਫ ਇੱਕ ਦਲੀਪ ਚੰਦ ਹੁੰਦਾ ਸੀ ਜੀ ਮਿਰਜ਼ਾਪੁਰੀਆਂ ਦਾ ਜੀ ਉਹਦੇ ਸਿਰਫ ਇੱਕ ਨੂੰਹ ਰਹਿੰਦੀ ਆ ਬਾਕੀ ਸਾਰਾ ਪਰਿਵਾਰ ਖਤਮ ਹੋਏ ਆ ਗਾਹਾਂ ਦੀ ਪਨੀਰੀ ਜਿਹੜੀ ਉਹ ਹੋਈ ਆ ਦੇਖੋ ਜੀ ਸਿੱਧੂ ਹਰ ਕੇ ਹੋ ਗਿਆ ਮੈਨੂੰ ਸਮਝ ਨਹੀਂ ਦੇਖੋ ਜੀ ਕੰਮ ਲੋਕ ਅੱਜ ਕੱਲ੍ਹ ਦੇਖਦੇ ਆ ਕੰਮ ਤੁਹਾਨੂੰ ਤੁਹਾਨੂੰ ਸਿੱਧੂ ਦੀ ਬੜੀ ਪਰੇਸ਼ਾਨੀ ਕਿਉਂ ਕੀ ਗੱਲ ਸਿੱਧੂ ਦਾ ਕਿਉਂ ਪੁੱਛਣ ਦੇ ਹੋ ਇਸ ਵਾਸਤੇ ਪੁੱਛਦੇ ਵੀ ਸੀ ਅਸੀਂ ਉਹਦੀ ਗੱਲ ਸੁਣ ਕੇ ਬੜੇ ਹੈਰਾਨ ਹੈ ਸਿੱਧੂ ਨੂੰ ਨਹੀਂ ਹਰਨਾ ਚਾਹੀਦਾ ਸੀ ਤੁਸੀਂ ਕੀ ਕਹਿੰਦੇ ਹੋ ਨਹੀਂ ਹਰਨਾ ਚਾਹੀਦਾ ਨਹੀਂ ਹਰਨਾ ਚਾਹੀਦਾ ਕੰਮ ਗਲਤ ਹੋ ਗਿਆ ਦੁਬਾਰਾ ਇਲੈਕਸ਼ਨ ਕਰਾ ਦਈਏ ਤੁਸੀਂ ਕਦੀ ਸਿੱਧੂ ਨੂੰ ਮਿਲੇ ਨਹੀਂ ਤੇ ਏਡੀ ਟੈਨਸ਼ਨ ਉਹਦੇ ਵਾਸਤੇ ਕਿਉਂ ਲਈ ਹੈ
ਇਸ ਵਾਸਤੇ ਨਹੀਂ ਹੈ ਕਿ ਸਾਡੇ ਇਮਰਾਨ ਖਾਨ ਨਾਲ ਦੋਸਤ ਸੀ ਤੇ ਹੋਰ ਸਿੱਧੂ ਨੂੰ ਕੋਈ ਪੈਗਾਮ ਦੇਣਾ ਤੇ ਆਪਾਂ ਦੇ ਦਿੰਦੇ ਹਾਂ ਵੀਡੀਓ ਰਾਹੀਂ ਦੱਸੋ ਪੈਗਾਮ ਇਹੋ ਹੀ ਵੀ ਤੂੰ ਤੇਰਾ ਮਾੜਾ ਹੋਇਆ ਤੂੰ ਕੰਮ ਕਰ ਜਿੰਨਾ ਚਾਹੀਦਾ ਸੀ ਤੈਨੂੰ ਤੇ ਨਹੀਂ ਜਿੰਨਾ ਚਾਹੀਦਾ ਤੂੰ ਆਪਣਾ ਸਰੂਪ ਸਰੂਪ ਪੈਦਾ ਕਰ ਪਾਕਿਸਤਾਨ ਦੇ ਵਿੱਚ ਬੈਠੇ ਹਾਂ ਸਾਡਾ ਕੋਈ ਉੱਥੇ ਦੀ ਸਿਆਸਤ ਨਾਲ ਲੈਣਾ ਦੇਣਾ ਨਹੀਂ ਲੇਕਿਨ ਮੈਂ ਪਹਿਲੀ ਵਾਰੀ ਵੀ ਜਦੋਂ ਬਜ਼ੁਰਗਾਂ ਨੂੰ ਮਿਲਿਆ ਸੀ ਉਦੋਂ ਵੀ ਸਿੱਧੂ ਦੇ ਬੜੇ ਤਕੜੇ ਫੈਨ ਸੀ ਅਤੇ ਵੇਖ ਲਓ ਅੱਜ ਇਹਨਾਂ ਦੇ ਹੱਥਾਂ ਦੇ ਵਿੱਚ ਵਿਸਾਖੀਆਂ ਨੇ ਅਤੇ ਬਜ਼ੁਰਗ ਜਿਹੜੇ ਇੰਡੀਆ ਤੋਂ ਆਏ ਆ ਉਹਨਾਂ ਕੋਲ ਕਿਸੇ ਹੋਰ ਦਾ ਹਾਲ ਚਾਲ ਨਹੀਂ ਪੁੱਛ ਰਹੇ ਬਲਕਿ ਸਿੱਧੂ ਬਾਰੇ ਪੁੱਛ ਰਹੇ ਨੇ ਸਹਿ ਮੁਹੱਬਤਾਂ ਚਾਹਤਾਂ ਬਾਰਡਰ ਦੇ ਦੋਵੇਂ ਪਾਸੋਂ ਤੁਹਾਨੂੰ ਮਿਲਣਗੀਆਂ ਹੁਣ ਆਪਾਂ ਪਿੰਡ ਵੇਖਦੇ ਹਾਂ ਇਹਨਾਂ ਨਾਲ ਬਜ਼ੁਰਗਾਂ ਨਾਲ ਕੋਈ ਇਹਨਾਂ ਦਾ ਘਰ ਬਾਰ ਦਾ ਪਤਾ ਲਾਉਂਦੇ ਹਾਂ ਜੀ ਚਲੀਏ ਹੁਕਮ ਚੰਦ ਦਾ ਘਰ ਸੀਗਾ ਇਹ ਹੁਕਮ ਚੰਦ ਦਾ ਘਰ ਅੱਛਾ ਹਾਂ ਅੱਛਾ ਮਸ਼ਾਲਾ ਖੁੱਲਾ ਸੀ ਵੇੜਾ ਯਾਰ ਜਰਾ ਟੋਕੇ ਆ ਗਿਆ ਤੇ ਜਿਹੜਾ ਜੂਗਾ ਸੀ ਉਹ ਉਹਨਾਂ ਦੀ ਹਵੇਲੀ ਵੱਡਾ ਖੂਹ ਕਹਿੰਦੇ ਸਾਰੇ ਡੂੰਘਾ ਬੜਾ ਸੀ ਹਾਂ ਤਿੰਨ ਚਾਰ ਘਰ ਆ ਗਿਆ ਸਿਰਫ ਇੱਕ ਸਾਡਾ ਘਰ ਇੱਕ ਧੋਬਿਆਂ ਦਾ ਇੱਕ ਭਰਾਈਆਂ ਦਾ ਘਰ ਬਸ ਤਿੰਨ ਇੱਕ ਰਾਜਪੂਤ ਗਾਮੀ ਖਾਨ ਹਾਂਜੀ ਗਾਮੀ ਖਾਨ ਆਇਆ ਸੀ ਉਹਨਾਂ ਦੀ ਵਾਲਦਾ ਬਹੁਤ ਹੋ ਗਈ ਚੰਗਾ ਜੀ ਬਜ਼ੁਰਗੋ ਹੁਣ ਇਜਾਜ਼ਤ ਹੈ ਸਾਨੂੰ ਹਾਂਜੀ ਅੱਲਾ ਖੈਰ ਕਰੇ ਜਿਹੜਾ ਅੱਲਾ ਫਾਜ਼ ਕਰਨ ਵਾਸਤੇ ਅੰਕਲ ਜੀ ਕਿੱਦਾਂ ਲੱਗਿਆ ਤੁਹਾਨੂੰ ਬਹੁਤ ਚੰਗਾ ਲੱਗਾ ਜੀ ਇਹਨਾਂ ਦੀ ਬਹੁਤ ਮਿਹਰਬਾਨੀ ਤੁਹਾਡੀ ਜਿਹੜੇ ਤੁਸੀਂ ਸਾਨੂੰ ਯਾਨੀ ਕਿ ਪਿੰਡ ਦਿਖਾ ਦਿੱਤਾ ਬਹੁਤ ਮਿਹਰਬਾਨੀ ਜੀ ਖੁਸ਼ ਹੋ ਨਾ ਬਹੁਤ ਖੁਸ਼ ਹਾਂ ਜੀ ਵਧੀਆ ਹੋ ਗਿਆ ਸਾਰਾ ਕੁਛ ਪਿੰਡ ਵੇਖ ਲਿਆ ਆਪਣੇ ਵੱਡ ਵਡੇਰੇ ਬਹੁਤ ਧੰਨਵਾਦ ਤੁਹਾਡਾ ਜੀ ਕੀ ਸੀ ਪਿੰਡ ਦੇ ਵਿੱਚ ਕੁਝ ਕਿਹੜੀ ਖਿੱਚ ਤੁਹਾਨੂੰ ਖਿੱਚ ਜਿਹੜੀ ਖਿੱਚ ਪੈਂਦੀ ਸੀ ਇੱਥੇ ਆਉਣ ਦੀ ਖਿੱਚ ਸਾਡੇ ਡੈਡੀ ਹੋਣਾ ਦੱਸਦੀ ਜਦੇ ਤਾਂ ਸਾਨੂੰ ਇਹਨਾਂ ਦਾ ਠੀਕ ਹੈ ਚਲੋ ਆਪਾਂ ਤਾਂ ਦੇਖਿਆ ਨਹੀਂ ਸੀਗਾ ਚਲੋ ਡੈਡੀ ਸਾਡੇ ਦੀ ਸਾਡੀ ਖੁਆਇਸ਼ ਸੀਗੀ ਆਪਣੇ ਪਿੰਡ ਮਾ ਜਾਣਾ ਠੀਕ ਹੈ ਜੀ ਬਾਕੀ ਬਹੁਤ ਖੁਸ਼ੀ ਹੋਈ ਮਨ ਨੂੰ ਇੱਦਾਂ ਦੀ ਗੱਲ ਬਾਕੀ ਤੁਹਾਡਾ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਲੈ ਕੇ ਆਏ ਜੀ ਲਓ ਜੀ ਵੇਖੋ ਜੀ ਸਾਂਝਾ ਐ ਮੁਹੱਬਤਾਂ ਹਾਂ ਜੀ ਦੇਖੋ ਜੀ ਆਉਣਾ ਹੈ ਨਹੀਂ ਸੀ ਜੇ ਕਹਿੰਦੇ ਆਉਣਾ ਨਹੀਂ ਸੀ ਇੱਕ ਸਾਲ ਇੱਦਾਂ ਹੋਈ ਹੋ ਗਏ ਤਿੰਨ ਚਾਰ ਸਾਲ ਹੋ ਗਏ ਆ ਚਾਰ ਪੰਜ ਸਾਲ ਅੱਛਾ ਮੈਂ ਇੱਦਾਂ ਹੀ ਜਾਣੀ ਕਿ ਸੁੱਤਾ ਪਿਆ ਸੀ ਮੈਨੂੰ ਸੁੱਖ ਨਾ ਆਇਆ ਅੱਛਾ ਮੈਂ ਸੁੱਤੇ ਪਏ ਨੇ ਹੈ ਨਾ ਮੈਂ ਜਾਣੀ ਕਿ ਸੁੱਖ ਨਾ ਆਇਆ ਭਾਈ ਗੁਰੂ ਨਾਨਕ ਦੇਵ ਸਾਹਿਬ ਦੋ ਲਿੰਗੜੀ ਲਾਈ ਆਉਂਦੇ ਆ ਅਤੇ ਕਹਿੰਦੇ ਕਹਿੰਦੇ ਭਾਈ ਆਹ ਨਿਆਣੇ ਨੂੰ ਫਲਾਣੇ ਦੇ ਘਰ ਛੱਡ ਕੇ ਆ ਅੱਛਾ ਮੈਂ ਕਿਹਾ ਮਹਾਰਾਜ ਤੁਸੀਂ ਸਾਡੇ ਘਰ ਆ ਕੇ ਚਰਨ ਪਾਓ ਤੇ ਕਹਿੰਦੇ ਨਹੀਂ ਤਲਵੰਡੀ ਕਹਿੰਦੇ ਤਲਵੰਡੀ ਮੈਂ ਕਿਹਾ ਭਾਈ ਮਾਤਾ ਤੁਸੀਂ ਚਰਨ ਤਾਂ ਪਾਓ ਸਾਡੇ ਘਰ ਨਹੀਂ ਕਹਿੰਦੇ ਤਲਵੰਡੀ ਮੇਰੇ ਦਿਲ 'ਚ ਇੰਨਾ ਸੀ ਹੈ ਨਾ ਮੈਂ ਤਾਂ ਹੀ ਉਦੋਂ ਭਾਈ ਸਤਸ਼ੀ ਆਇਆ ਹੁਣ ਤਲਵੰਡੀਆਂ ਹੁੰਦੀਆਂ ਫੂਕ ਆਏ ਤੁਸੀਂ ਆਹ ਤਲਵੰਡੀ ਆ ਤਲਵੰਡੀ ਆਹ ਤਲਵੰਡੀ ਆ ਮੈਂ ਕਿਹਾ ਲੈ ਵੀ ਦੇਖ ਲਓ ਆਪ ਕਹਿਗਾ ਯਾਰ ਜਾਣਾ ਪੈਣਾ ਜਾਣਾ ਪੈਣਾ ਮੈਂ ਕਿਹਾ ਭਾਵੇਂ ਇੱਕ ਵਾਰੀ ਜਾਈਏ ਜ਼ਿੰਦਗੀ 'ਚ ਚਲੋ ਜੀ ਆਪ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਚਲੋ ਜੀ ਇਹ ਲੋਕ ਇਹ ਸਾਂਝਾ ਮੁਹੱਬਤਾਂ ਛੋਟੀ ਛੋਟੀ ਇੱਕ ਐਕਟੀਵਿਟੀਜ਼ ਨੇ ਜਿਹੜੀਆਂ ਆਪਾਂ ਕਰਦੇ ਰਹਿੰਦੇ ਹਾਂ ਇਹਦਾ ਮਕਸਦ ਸਿਰਫ ਇਹੀ ਹੈ ਕਿ ਸਾਂਝ ਮੁਹੱਬਤ ਪਿਆਰ ਦੋਵਾਂ ਦੇਸ਼ਾਂ 'ਚ
ਵਧੇ ਆ। ਵੇਖੋ ਛੋਟੇ ਛੋਟੇ ਬੱਚੇ ਖਲੋਤੇ ਨੇ, ਜਦੋਂ ਇਹ ਵੱਡੇ ਹੋਣਗੇ ਤਾਂ ਵੀ ਆਪਣੇ ਬੱਚਿਆਂ ਨੂੰ ਦੱਸਣਗੇ ਕਿ ਕੈਸੇ ਬਜ਼ੁਰਗ ਆਏ ਸੀ ਜਿਨ੍ਹਾਂ ਦਾ ਜਨਮ ਇੱਥੇ ਹੋਇਆ ਸੀ। ਇਹ ਛੋਟੀ ਸਾਂਝਾਂ ਦਾ ਮਕਸਦ ਕਿਸੇ ਜ਼ਾਤ ਧਰਮ ਕਿਸੇ ਮੁਲਕ ਦੇ ਖਿਲਾਫ਼ ਕੋਈ ਗੱਲਬਾਤ ਕਰਨਾ ਨਹੀਂ ਹੈ, ਬਲਕਿ ਹਕੀਕਤ ਦੇ ਵਿੱਚ ਇਹਨਾਂ ਬਜ਼ੁਰਗਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦੇ ਹਾਂ।